ਮੈਂ ਤੇ ਅੱਜ ਕੱਲ ਦੇ ਸਿੰਗਰਾਂ ਨੂੰ ਦੇਖਿਆ, ਮਸੀਹ ਸਿੰਗਰਾਂ ਨੂੰ, ਬਹੁਤ ਮਾੜਾ ਹਾਲ ਇਹਨਾਂ ਦਾ, ਸਾਰਿਆਂ ਦਾ ਨਹੀਂ, ਜਿਨ੍ਹਾਂ ਦਾ ਮਾੜਾ ਹਾਲ ਹੈ, ਔਰ ਜ਼ਿਆਦਾਤਰਾਂ ਦਾ ਮਾੜਾ ਹੀ ਹਾਲ ਹੈ। ਜਦੋਂ ਕੋਈ ਦੂਸਰਾ ਗਾ ਰਿਹਾ ਹੋਵੇ, ਹਰਜੀਤ ਉਹ ਕੁਰਸੀ ਦੇਣਾ ਕੈਮਰੇ ਵਾਲਿਓ, ਵੀ ਤੁਸੀਂ ਵੀ ਧਿਆਨ ਨਾਲ ਖੜੇ ਹੋ। ਇੱਕ ਸਿੰਗਰ ਗਾ ਰਿਹਾ ਹੈ ਤੇ ਜਿਹੜਾ ਸਿੰਗਰ ਨਹੀਂ ਨਾ ਗਾ ਰਿਹਾ ਉਹਨੂੰ ਅਜੇ ਟਾਈਮ ਨਹੀਂ ਮਿਲਿਆ, ਉਹ ਕੁਰਸੀ ਤੇ ਬੈਠਾ ਇੱਦਾਂ। ਫੋਨ ਦੇਣਾ ਆਪਣਾ। ਆਪਣਾ ਫੋਨ ਚਲਾ ਰਿਹਾ। ਜਿਹੜਾ ਸਿੰਗਰ ਗਾ ਰਿਹਾ ਉਹ ਕਹਿ ਰਿਹਾ ਤਾਲੀ ਵਜਾਓ, ਤੇ ਜਿਹੜਾ ਸਿੰਗਰ ਥੱਲੇ ਬੈਠਾ ਉਹ ਦੂਜਿਆਂ ਨੂੰ ਦਿਖਾ ਰਿਹਾ ਤਾਲੀ ਮਤ ਵਜਾਓ, ਫੋਨ ਚਲਾਓ। ਐਵੇਂ ਆਫਰੇ ਸਾਹ ਨਰਗੂ, ਭਾਵੇਂ ਕਈ ਵੀਡੀਓ ਮੇਰੀਆਂ ਵੇਖ ਕੇ ਗੁੱਸਾ ਕਰਨ, ਮੈਂ ਨੀ ਪਰਵਾਹ ਕਰਦਾ। ਐਵੇਂ ਆਫਰੇ ਸਾਹ ਨਰਗੂ ਕਦੀ ਬੁੜੀਆਂ ਵੱਲ ਵੇਖੀ ਜਾਣਗੇ, ਕਦੀ ਬੰਦਿਆਂ ਵੱਲ ਵੇਖੀ ਜਾਣਗੇ। ਤੇ ਜਦੋਂ ਉਹ ਸਿੰਗਰ ਗਾ ਕੇ ਹਟ ਗਿਆ ਨਾ, ਫਿਰ ਜਦੋਂ ਉਹਦੀ ਵਾਰੀ ਆ ਗਈ, ਹੁਣ ਖੜਾ ਹੋ ਗਿਆ, ਹੈਂ ਹੁਣ ਉਹਦੀ ਵਾਰੀ ਆ ਗਈ। ਫਿਰ ਉਹਨੇ ਹੁਣ ਮਾਈਕ ਫੜ ਕੇ ਪਤਾ ਕੀ ਕਹਿਣਾ, ਕਲੀਸਿਓ ਜ਼ੋਰ ਸੇ ਤਾਲੀ ਵਜਾਓ। ਜਦੋਂ ਤੂੰ ਆਪ ਬੈਠਾ ਤੂੰ ਮਰਿਆ ਸੀ ਉਦੋਂ, ਉਦੋਂ ਕਿਉਂ ਨਹੀਂ ਤੂੰ ਤਾਲੀ ਵਜਾਉਣਾ? ਆਪ ਤੁਸੀਂ ਦੱਸੋ, ਅਗਰ ਮੈਂ ਕਹਿਣਾ ਕਿ ਤਾਲੀ ਵਜਾਓ ਤੇ ਬੋਲੋ ਜਦੋਂ ਮੈਂ ਥੱਲੇ ਬੈਠਾ ਵਾ ਮੈਨੂੰ ਵਜਾਉਣੀ ਚਾਹੀਦੀ ਕਿ ਨਹੀਂ? ਆਪ ਜਦੋਂ ਬੈਠੇ ਆ ਨਾ ਥੱਲੇ, ਆਪ ਜਦੋਂ ਥੱਲੇ ਬੈਠੇ ਆ, ਵੀ ਅਸੀਂ ਜਦੋਂ ਨਵੇਂ ਨਵੇਂ ਪਾਸਟਰ ਬਣੇ ਸੀ ਨਾ, ਉਦੋਂ ਗੋਸਪਲ ਸਿੰਗਰ ਲਿਖਦੇ ਹੁੰਦੇ ਸੀ, ਜਿਹਦਾ ਮਤਲਬ ਹੁੰਦਾ ਸੀ ਖੁਸ਼ਖਬਰੀ ਨੂੰ ਗਾਉਣ ਵਾਲਾ। ਅੱਜ ਕੱਲ੍ਹ ਵਰਸ਼ਿਪਰ ਆ ਗਿਆ, ਔਰ ਤੁਹਾਨੂੰ ਪਤਾ ਵਰਸ਼ਿਪਰ ਇਕੱਲਾ ਸਿੰਗਰ ਨਹੀਂ ਹੁੰਦਾ, ਹਰੇਕ ਜਿਹੜਾ ਪ੍ਰਭੂ ਯਿਸੂ ਦੇ ਉੱਤੇ ਵਿਸ਼ਵਾਸ ਕਰਦਾ, ਹੀ ਇਜ ਸ਼ੀ ਇਜ, ਚਾਹੇ ਲੜਕੀ ਆ ਚਾਹੇ ਲੜਕਾ, ਉਹ ਵਰਸ਼ਿਪਰ। ਬੋਲੋ ਹਾਲੇਲੂਇਆ। ਵੀ ਤੂੰ ਖੜਾ ਹੋ ਕੇ ਦੂਜਿਆਂ ਨੂੰ ਉਦੋਂ ਕਹਿੰਦਾ ਵਾ ਵੀ ਮੇਰੇ ਗੀਤਾਂ ਤੇ ਤਾਲੀਆਂ ਵਜਾਓ, ਕਲੀਸੀਆ ਮੇਰੇ ਗੀਤਾਂ ਤੇ ਭੰਗੜਾ ਪਾਓ, ਤੇ ਜਦੋਂ ਕੋਈ ਦੂਜਾ ਸਿੰਗਰ ਗਾ ਰਿਹਾ ਹੁੰਦਾ ਉਦੋਂ ਤੇ ਖਰੇ ਤੈਨੂੰ ਪੈਰਾਲਾਈਜ਼ ਹੋਇਆ ਹੁੰਦਾ। ਕਈ ਤੇ ਐ, ਕਈ ਤੇ ਕੁਰਸੀ ਤੇ ਵੀ ਨਾ ਐ ਬੈਠੇ ਹੁੰਦੇ, ਅੱਗੇ ਜੇ ਕਰਕੇ ਨਾ ਐ ਬੈਠੇ ਹੁੰਦੇ। ਹਰਜੀਤ ਮੇਰੇ ਨਾਲ ਸੀ, ਆਈ ਰੇ ਹਰਜੀਤ ਮੇਰੇ ਨਾਲ ਸੀ। ਇੱਕ ਜਗ੍ਹਾ ਆਪਾਂ ਬੰਦਗੀ ਤੇ ਗਏ, ਸਿਸਟਰ ਰਮਾ ਰਾਣੀ ਗੀਤ ਗਾ ਰਹੀ, ਸਾਰੇ ਆਤਮਾ ਚ ਭਰੇ ਆ, ਸਾਰੇ ਆਤਮਾ ਚ ਭਰੇ, ਤਾਲੀਆਂ ਵਜਾ ਰਹੇ, ਗੀਤ ਗਾ ਰਹੇ। ਉੱਥੇ ਇੱਕ ਪਾਸਟਰ ਬੈਠਾ, ਪਤਾ ਕਿੱਦਾਂ ਬੈਠਾ? ਤੂੰ ਮੇਰੇ ਲਾਗੇ ਰਹੀ ਅਜੇ, ਕੈਮਰਾ ਧਿਆਨ ਨਾ ਕਰੀ ਤੇ। ਉੱਥੇ ਨਾ ਇੱਕ ਪਾਸਟਰ ਬੈਠਾ, ਪਤਾ ਉਹ ਕਿੱਦਾਂ ਬੈਠਾ? ਆ ਮਾਈਕ ਅੱਜ ਮੈਂ ਇਸੇ ਲਈ ਲਾਇਆ, ਮੈਂ ਤੁਹਾਨੂੰ ਬੜਾ ਕੁਝ ਕਰਕੇ ਦਿਖਾਉਣਾ ਵਾ। ਉਹ ਫਿਰ ਹੱਥ ਵਾਲੇ ਨਾਲ ਨਾ ਗੱਲ 'ਚ ਨਹੀਂ ਬਣਦੀ। ਸਿਸਟਰ ਰਮਾ ਰਾਣੀ ਗੀਤ ਗਾ ਰਹੀ, ਕਲੀਸਿਆ ਵੀ ਚੰਗੇ ਅੱਖਾਂ ਬੰਦ ਕਰਕੇ ਰੂਹ 'ਚ ਭਰ ਕੇ ਤਾਲੀ ਵਜਾ ਰਹੀ, ਔਰ ਇੱਕ ਪਾਸਟਰ ਪਤਾ ਕਿੱਦਾਂ ਬੈਠਾ?
ਮੇਰੇ ਮੂੰਹ ਦੇ ਲਾਗੇ ਜੇ ਕਰੀ ਕੈਮਰਾ ਇੱਦਾਂ ਬੈਠਾ ਪਾਸਟਰ ਵਿੱਚ ਵਿੱਚ ਬੁੱਲ ਵੀ ਇੱਦਾਂ ਕਰਦਾ ਸੀ ਉਹ ਇਹ ਹਰਜੀਤ ਮੈਨੂੰ ਕਹਿੰਦਾ ਥੋੜਾ ਲਾਗੇ ਨੂੰ ਆਪੇ ਜਦੋਂ ਬੰਦਗੀ ਖਤਮ ਹੋਈ ਹਰਜੀਤ ਮੈਨੂੰ ਕਹਿੰਦਾ ਪਾਸਟਰ ਜੀ ਉਹਦਾ ਬੰਦਾ ਕੌਣ ਸੀ ਜਿਹੜਾ ਬੰਦਗੀ 'ਚ ਬੈਠਾ ਉਹ ਡੈਥ ਡੁੱਥ ਹੋਈ ਉਹਨਾਂ ਦੇ ਕਿਸੇ ਦੀ ਮੈਂ ਹਾਂ ਭਰਾਵਾ ਨਹੀਂ ਉਹ ਪਾਸਟਰ ਵਾ ਉਹਨੂੰ ਮੈਂ ਨਾਂ ਉਹਦਾ ਨਾਂ ਵੀ ਇਹਨੂੰ ਦੱਸਿਆ ਹੈਰਾਨ ਰਹਿ ਗਿਆ ਕਹਿੰਦਾ ਹੈ ਇੱਦਾਂ ਬਾਈਬਲ ਦੇ ਵਿੱਚ ਲਿਖਿਆ ਸੰਤ ਪਲੂਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਤੇ ਵਸ 'ਚ ਰੱਖਦਾ ਇਹ ਨਾ ਹੋਵੇ ਕਿ ਜਿਸ ਗੱਲ 'ਚ ਮੈਂ ਦੂਜੇ ਨੂੰ ਪ੍ਰਚਾਰ ਕਰ ਰਿਹਾ ਉਹਦੇ ਵਿੱਚ ਮੈਂ ਖੁਦ ਹੀ ਦੋਸ਼ੀ ਹੋਵਾਂ ਕਈ ਤੇ ਮਹਾਨ ਸਿੰਗਰ ਮਹਾਨ ਲੇਖਕ ਬਾਈਬਲ ਦੇ ਦੂਜਾ ਕੋਈ ਗੀਤ ਗਾ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਗਾਉਣਾ ਤਾਲੀ ਵਜਾਉਣਾ ਸਾਜ ਵਜਾਉਣਾ ਇਹ ਪ੍ਰਭੂ ਦੀ ਸੇਵਾ ਕਰਨਾ ਹੁੰਦਾ ਜੇ ਹਾਲੇਲੂਇਆ ਤੇ ਜਦੋਂ ਦੂਜਾ ਕੋਈ ਗਾ ਰਿਹਾ ਮਨ 'ਚ ਪਤਾ ਕੀ ਚੱਲ ਰਿਹਾ ਇਹ ਕੀ ਗਾਉਣ ਰਿਹਾ ਮੈਨੂੰ ਟਾਈਮ ਦੇਣ ਵੇਖੀ ਇੱਕ ਦਿਨ ਮੂੰਹ ਐ ਰਹਿ ਜਾਣਾ ਫਿਰ ਇੱਦਾਂ ਕਿਆ ਕਰਨਾ ਉਹ ਬਈ ਗਰਾਰੀਆਂ ਲਾਉਣਾ ਹੇਕਾਂ ਲਾਉਣਾ ਸਰਗਮਾਂ ਲਾਉਣਾ ਇਹ ਮਾੜੀ ਗੱਲ ਨਹੀਂ ਬਹੁਤ ਅੱਛੀ ਗੱਲ ਹੈ ਖੁਦਾ ਦੇ ਮਸੀਹ ਸਿੰਗਰ ਇਹੋ ਜਿਹੇ ਹੋਣੇ ਚਾਹੀਦੇ ਆ ਪਰ ਤੁਹਾਨੂੰ ਦੂਜਿਆਂ ਵਾਰੀ ਕੀ ਮੌਤ ਪਈ ਹੁੰਦੀ ਆ ਦੂਜਿਆਂ ਵਾਰੀ ਤੁਸੀਂ ਕਿਉਂ ਐ ਬੈਠੇ ਜੇ ਬੰਦਗੀ ਜੇ ਐ ਬੈਠੇ ਹੁੰਦੇ ਜਿੱਦਾਂ ਸਾਨੂੰ ਪਤਾ ਹੀ ਨਹੀਂ ਵੀ ਬੰਦਗੀ ਕੀ ਚੀਜ਼ ਆ ਔਰ ਇਹ ਕਲੀਸੀਆ ਦੇ ਲੋਕੋ ਤੁਸੀਂ ਵੀ ਸੁਣ ਲਓ ਸਟੇਜ ਦੇ ਉੱਤੇ ਹਰਜੀਤ ਗਾ ਰਿਹਾ ਇਹਨਾਂ ਬੇਟੀਆਂ ਚੋਂ ਕੋਈ ਗਾ ਰਿਹਾ ਠੀਕ ਆ ਆ ਸਾਡਾ ਹੀਰਾ ਮੈਂਬਰ ਮੈਂਬਰਾਣੀ ਇਹ ਵੀ ਦੋਵੇਂ ਹੁਣ ਗਾਉਂਦੇ ਨੇ ਕੋਈ ਵੀ ਗਾ ਰਿਹਾ ਆਪ ਥੱਲੇ ਬੈਠੇ ਆਪਦਾ ਫਰਜ਼ ਅੱਖਾਂ ਬੰਦ ਕਰਕੇ ਤਾਲੀ ਵਜਾ ਕੇ ਪ੍ਰਭੂ ਦੇ ਵੱਲ ਧਿਆਨ ਕਰਕੇ ਗੀਤ ਗਾਓ